ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਤ ਸੰਗਤ ਜੀ ਅੱਜ ਅਸੀਂ ਨਵਾਂ ਟੌਪਿਕ ਲੈ ਕੇ ਆਏ ਹਾਂ ਜੋ ਹੈ ਸਾਖੀ ਸ੍ਰੀ ਗੁਰੂ ਤੇਗ ਬਹਾਦਰ ਜੀ ਪਾਤਵੰਨ ਨਵੰਬਰ ਦਾ ਮਹੀਨਾ ਅੱਦਕ ਬੀਤ ਗਿਆ ਹੈ ਤੰਦਰ ਪਰੰਜੋਰ ਫੈਲ ਰਹੀ ਹੈ ਹਨੇਰਾ ਪਸ ਰਿਹਾ ਹੈ ਰਾਤ ਦਾ ਹਨੇਰਾ ਪਸ ਗਿਆ ਹੈ ਦਾਦੀ ਮਾ ਲਾਜਵੰਤੀ ਆਪਣੇ ਪੋਤਰੇ ਰਾਹੁਲ ਅਤੇ ਪੋਤਰੀ ਮਹਿਕ ਨੂੰ ਕੰਬਲ ਦੀ ਬੁੱਕਲ ਮੈਰੀ ਗੋਦੀ ਵਿੱਚ ਲੈ ਕੇ ਮਮਤਾ ਦਾਣਿਕ ਦੇ ਰਹੀ ਹੈ ਦਾਦੀ ਮਾ ਲਾਜਵੰਤੀ ਅੱਖ ਅੱਖਾਂ ਬੰਦ ਕਰਕੇ ਤਾਂ ਚਿਰ ਨੂੰ ਤੇ ਬਾਦਰ ਤਰੰਗ ਦੀ ਚਾਦਰ ਆਪਣੇ ਮੁਖ ਤੋਂ ਵਾਰ-ਵਾਰ ਇਹ ਸ਼ਬਦ ਬੋਲ ਰਹੀ ਹੈ ਅੱਖਾਂ ਵਿੱਚੋਂ ਹੰਝੂ ਵੈ ਰਹੇ ਹਨ ਰਾਹੁਲ ਨੇ ਆਪਣੀ ਦਾਦੀ ماں ਦੇ ਅੱਖਾਂ ਵਿੱਚ ਹੰਝੂ ਦੇਖ ਕੇ ਆਪਣੇ ਦਾਦੀ ਜੀ ਨੂੰ ਪੁੱਛਿਆ ਦਾਦੀ ماں ਕੀ ਗੱਲ ਹੋ ਗਈ ਮੈਂ ਦੇਖ ਰਿਹਾ ਜਿਉਂ-ਜਿਉ ਤੁਸੀਂ ਆਪਣੇ ਮੁਖ ਤੋਂ ਸ੍ਰੀ ਗੁਰੂ ਤੇਗ ਬਹਾਦਰ ਤਾਂ ਜੀ ਗੁਰੂ ਤੇਗ ਬਹਾਦਰ ਕਹਿ ਰਹੇ ਹੋ ᱛਿਉਂ-ᱛਿਉਂ ਤੁਹਾਡੀਆਂ ਅੱਖਾਂ ਅੰ ਵਿੱਚੋਂ ਹੰਝੂ ਕਿਉਂ ਵਗ ਰਹੇ ਹਨ ਦਾਦੀ ਜੀ ਦੋਹਾਂ ਬੱਚਿਆਂ ਦੇ ਸਿਰ ਤੇ ਹੱਥ ਰੱਖ ਕੇ ਕਹਿਣ ਲੱਗੇ ਪਿਆਰੇ ਬੱਚਿਓ ਜੇਕਰ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਨਾ ਹੁੰਦੇ ਤਾਂ ਅੱਜ ਸਾਡਾ Hindu ਧਰਮ ਨਹੀਂ ਸੀ ਹੋਣਾ ਮੈਂ ਦਾਦੀ ਮਾਂ ਮੈਂ ਤੁਹਾਡੀ ਗੱਲ ਨਹੀਂ ਸਮਝ ਪਾਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦਾਦੀ ਜੀ ਲੰਮਾ ਹੁੱਕਾ ਪਰ ਕੇ ਕਹਿਣ ਲੱਗੀ ਪੁੱਤਰ ਇਹ ਬਹੁਤ ਲੰਬਾ ਇਤਿਹਾਸ ਹੈ ਦੋਵੇਂ ਬੱਚੇ ਕੁਝ ਜਵਾਨ ਵਿਦਿਖੇ ਲੱਗੇ ਦਾਦੀ ਮਾਂ ਅਸੀਂ ਜ਼ਰੂਰ ਸੁਣਾਂਗੇ ਦਾਦੀ ਜੀ ਪਿਆਰੇ ਬੱਚਿਓ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਮਾਤਾ ਨਾਮ ਕੀ ਜੀ ਦੀ ਖੋਤ ਤਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ ਇੱਕ ਪਰੈਲ ਸੋ ਨਸੋ ਇੱਕੀ ਵਿੱਚ ਅੰਮ੍ਰਿਤਸਰ ਨਗਰ ਵਿਖੇ ਹੋਇਆ ਅੱਜਕੱਲ ਗੁਰਦੁਆਰਾ ਗੁਰੂ ਕੇ ਮਹਿਲ ਗੁਰੂ ਬਾਜ਼ਾਰ ਹੈ ਇੱਥੇ ਸਥਿਤ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਪਹਿਲਾ ਨਾਮ ਤਿਆਗ ਮਾਲ ਸੀ ਮੈਂਕ ਦਾਦੀ ਮਾ ਫਿਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਨਾਮ ਤਿਆਗ ਮਾਲ ਤੋਂ ਤੇਗ ਬਹਾਦਰ ਕਿਸ ਤਰ੍ਹਾਂ ਬਦਲਿਆ ਦਾਦੀ ਜੀ ਜਲੰਧਰ ਤੇ ਨਸਦੀ ਕਰਤਾਰਪੁਰ ਨਗਰ ਹੈ ਜਿਸ ਨੂੰ ਤਨ ਚਿਰੀ ਗੁਰ ਅਰਜਨ ਦੇਵ ਜੀ ਨੇ ਵਸਾਇਆ ਸੀ ਸਮਾਂ ਬੀਤਦਾ ਗਿਆ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਗੋਬਿੰਦ ਸਾਹਿਬ ਜੀ ਨੇ ਕਰਤਾਰਪੁਰ ਦੀ ਧਰਤੀ ਨੂੰ ਪਾਗ ਲਾਈ ਪਦੇ ਖਾਂ ਜਿਸ ਦੇ ਮਾਤਾ ਪਿਤਾ ਮਰ ਚੁਕੇ ਸਨ ਛੇਵੇਂ ਪਾਛਾ ਨੇ ਇਸ ਪੁੱਤਰ ਨੂੰ ਵਾਂਝ ਪਾਲ ਲਿਆ ਪੁੱਤਰਾ ਵਾਂਝ ਪਾਲ ਲਿਆ ਇਹ ਨਮ ਹਰਾਮ ਨਿਕਲਿਆ ਮਤਲਬ ਨਮਕ ਹਰਾਮ ਮਤਲਬ ਸੈਲਫਿਸ਼ ਨਿਕਲਿਆ ਸ਼੍ਰੀ ਗੁਰੂ ਅਰਗੋਬਿੰਦ ਸਾਹਿਬ ਜੀ ਦੇ ਵਿਰੋਧੀ ਵਿਰੋਧ ਵਿੱਚ ਜਲੰਧਰ ਦੇ ਪਠਾਨ ਕਤਬਦੀਨ ਤੇ ਕਾਲੇ ਖਾਂ ਨੂੰ ਆਪਣੇ ਨਾਲ ਗੰਦ ਲਿਆ ਕਰਤਾਰਪੁਰ ਦੀ ਧਰਤੀ ਤੇ ਬੜਾ ਪਾਰੀ ਜੰਗ ਹੋਇ ਹੋਇਆ ਇਸ ਜੰਗ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਤੇਗ ਤਲਵਾਰ ਦੇ ਖੂਬ ਜੋਹਰ ਕਰਤਵ ਦਿਖਾਇਆ ਪਿਤਾ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਨੇ त्याਗ ਮਾਨ ਦੀ ਬਾਦਰੀ ਤੋਂ ਖੁਸ਼ ਹੋ ਕੇ ਕਿਹਾ ਤੁਸੀਂ त्याਗ ਮਾਨ ਨਹੀਂ ਬਲਕਿ ਤੇਗ ਬਹਾਦਰ ਹੋ ਜੜਾ ਕਿਪਾ ਨੂੰ ਚੰਗੀ ਤਰ੍ਹਾਂ ਚਲਾ ਲੈਂਦਾ ਹੋਵੇ ਤੇਗ ਬਾਦਰ ਤੇਗ ਦਾਤਨੀ ਹੁੰਦਾ ਹੈ ਇਸੇ ਕਰਤਾਰਪੁਰ ਦੀ ਤਰਤੀ ਤੇ ਸੀ ਗੁਰੂ ਤੇਗ ਬਾਦਰ ਜੀ ਦਾ ਆਨੰਦ ਕਾਰਜ ਵੀ ਹੋਇਆ ਰੌਣ ਦਾਦੀ ਮਾ ਸ਼੍ਰੀ ਗੁਰੂ ਤੇਗ ਬਾਦਰ ਜੀ ਦੀ ਤਰਮ ਪਤਨੀ ਦਾ ਕੀ ਨਾਮ ਸੀ ਦਾਦੀ ਜੀ ਸ਼੍ਰੀ ਗੁਰੂ ਤੇਗ ਬਾਦਰ ਜੀ ਦਾ ਦੀ ਤਰਮ ਪਤਨੀ ਦਾ ਨਾਮ ਮਤਾ ਗੁਜਰੀ ਸੀ ਜਿਨ੍ਹਾਂ ਦੇ ਪਿਤਾ ਦਾ ਨਾਮ ਪਈ ਲਾਲ ਚੰਦ ਸੀ ਪਿਆਰੇ ਬੱਚਿਓ ਸ੍ਰੀ ਗੁਰੂ ਹਰਗੋਬਿੰਦ ਜੀ ਕਰਤਾਰਪੁਰ ਨੂੰ ਚਲੇ ਗਏ ਪਰ ਜਾਣ ਤੋਂ ਪਹਿਲਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਹੁਕਮ ਕਰ ਗਏ ਆਪ ਬਾਪੇ ਬਕਾਲੇ ਚਲੇ ਜਾਓ ਉੱਥੇ ਜਾ ਕੇ ਭਗਤੀ ਕਰੋ ਅਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਦਾ ਪ੍ਰਚਾਰ ਕਰੋ ਮæg ਮਾਂ ਕੀ ਪਰ ਗੁਰੂ ਤੇਗ ਬਹਾਦਰ ਜੀ ਬਾਪੇ ਬਕਾਲੇ ਹੀ ਰਹੇ ਸਨ ਦਾਦੀ ਜੀ ਬੇਟਾ ਸਮਾ ਆਪਣੇ ਚਾਦੇ ਚੱਲਦਾ ਹੋ ਗਿਆ। ਸ੍ਰੀ ਗੁਰੂ ਅਰਗੋਬਿੰਦ ਸਾਹਿਬ ਜੀ ਤੋਂ ਬਾਅਦ ਸ੍ਰੀ ਗੁਰੂ ਹਰ Rai ਸਾਹਿਬ ਜੀ ਗੱਦੀ ਤੇ ਬੈਠੇ। ਉਹਨਾਂ ਤੋਂ ਬਾਅਦ ਸ੍ਰੀ ਗੁਰੂ ਅਕਸ਼ਿਨ ਜੀ। ਬੇਤਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਕਰਦਾ ਪਿਆਰ ਪਿਆਰਾ ਸਿੱਖ ਪਾਈ ਮੱਖਣ ਸਾ ਲੋਬਰਨਾ ਇੱਕ ਬਹੁਤ ਵੱਡਾ ਵਪਾਰੀ ਸੀ ਸਮੁੰਦਰੀ ਜਹਾਜ਼ਾਂ ਦੁਆਰਾ ਇੱਕ ਦੇਸ਼ ਤੋਂ ਦੂਜੇ ਦੇਸ਼ ਤੱਕ ਵਪਾਰ ਕਰਦਾ ਸੀ ਇੱਕ ਵਾਰ ਉਸ ਦਾ ਸਮਾਨ ਨਾਲ ਲੱਦੇ ਹੋਏ ਜਹਾਜ਼ ਸਮੁੰਦਰੀ ਤੂਫਾਨ ਵਿੱਚ ਫਸ ਗਿਆ ਭਾਈ ਮਕਰਛਲ ਬਾਨਾ ਨੇ ਗੁਰੂ ਜੀ ਗੁਰੂ ਚਰਨਾਂ ਦਾ ਆਸਰੇ ਤੱਕਦਿਆਂ ਹੋਇਆ ਪਰਮਾਤਮਾ ਅੱਗੇ ਇੱਕ ਅਰਦਾਸ ਕੀਤੀ ਕਿ ਜਹਾਜ਼ ਕਿਨਾਰੇ ਲੱਗ ਗਿਆ ਕੁਸਨੀਸ਼ ਸ਼ਕਰਾਨੇ ਵਿੱਚ ਸ਼ੁਕਰਾਨੇ ਆਪਣੇ ਮਨ ਵਿੱਚ ਧਾਰਿਆ ਕਿ ਮੈਂ 500 ਸੋਨੇ ਦੇ ਨੀਯਮ ਹੋਰਾ ਗੁਰੂ ਦੇ ਕਾਰਜਾ ਵਾਸਤੇ ਪੇਤ ਕਰਾਂਗਾ ਪਾਈ ਮੱਖਣ ਚਾਲੂ ਬਾਣਾ ਸਤਿਗੁਰੂ ਜੀ ਦੀ ਜੀ ਦਾ ਸ਼ੁਕਰਾਨਾ ਕਰਨ ਵਾਸਤੇ ਪਰਿਵਾਰ ਤੇ ਸਤਸੰਗੀਆਂ ਸਮੇਤ ਚਲ ਪਏ ਪਰ ਉਸ ਨੂੰ ਪਤਾ ਲੱਗਾ ਕਿ ਸ਼੍ਰੀ ਗੁਰੂਕ੍ਰਿਸ਼ਨ ਜੀ ਦਿੱਲੀ ਵਿਕੇ ਜੋਤੀ ਜੋਤ ਸਮਾ ਗਏ ਹਨ ਅਦੇਸ਼ਿਕ ਸੰਗਤਾਂ ਨੂੰ ਹੁਕਮ ਕਿੱਤਾ ਕੀ ਅਗਲਾ ਗੁਰੂ ਬਾਬਾ ਬਕਾਲੇ ਹੈ ਪਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ ਦਾ ਜ਼ਿਕਰ ਨਹੀਂ ਕੀਤਾ ਪਾਈ ਮੱਖਣ ਚਾਲੂ ਬਾਣਾ ਬਾਬੇ ਬਕਾਲੇ ਪਹੁੰਚ ਗਏ ਪਰ ਉਹਨਾਂ ਕੀ ਦੇਖਿਆ ਕਿ ਇੱਥੇ 22 ਮੰਡੀਆਂ ਲਾ ਕੇ 22 ਜਾਣੇ ਗੁਰੂ ਬਣ ਬੈਠੇ ਸਨ ਅਤੇ ਸਾਰੇ ਦਾਵਾ ਕਰ ਰਹੇ ਸਨ ਕਿ ਅਸੀਂ ਗੁਰੂ ਨਾਨਕ ਜੀ ਦੀ ਗੱਦੀ ਦੇ ਅਸਲ ਵਾਰਸਾਂ ਪਾਈ ਮੱਖਣ ਚਾਲੂ ਬਾਣਾ ਜੀ ਨੇ ਅਰਦਾਸ ਕੀਤੀ ਕਿ ਮੈਂ ਸਭ ਦੇ ਅੱਗੇ ਦੋ ਦੋ ਮੋਹਰਾ ਰੱਖਾਂ ਜੋ ਸ੍ਰੀ ਗੁਰੂ ਨਾਨਕ ਜੀ ਦੀ ਗੱਦੀ ਦਾ ਵਾਰਸ ਹੋਵੇਗਾ ਉਹ ਮੇਰੇ ਮਾਂ ਦੀ ਗੱਲ ਬੁਝ ਲਵੇਗਾ ਅਤੇ ਮੈਂ ਉਸ ਅੱਗੇ ਸਾਰੀ ਪਿੱਠ ਪੈਤਾ ਰੱਖ ਦੇਵਾਂਗਾ ਤਰਾ ਪਾਈ ਮੱਖਣ ਸ਼ਾਲੂ ਬਾਣਾ ਜੀ ਨੇ ਬਾਈ ਮੰਜੀਆਂ ਅੱਗੇ ਦੋ ਦੋ ਮੋਰਾ ਰੱਖ ਕੇ ਮੱਥਾ ਟੇਕਿਆ ਸਭ ਨੇ ਅਸੀਸਾਂ ਦਿੱਤੀਆਂ ਪਰ ਕਿਸੇ ਨੇ ਵੀ ਪਾਈ ਮੱਖਣ ਸ਼ਾਲੂ ਬਾਣਾ ਦੇ ਮਨ ਦੀ ਗੱਲ ਨਹੀਂ ਬੁੱਝੀ ਪਾਈ ਮੱਖਣ ਸ਼ਾਲੂ ਬਾਣਾ ਸਮਝ ਗਏ ਕਿ ਇਹ ਨਾ ਇਹ ਸਾਰੇ ਨਕਲੀ ਗੁਰੂ ਹਨ ਬਾਬਾ ਮੱਖਣ ਸ਼ਾਲੂ ਬਾਣਾ ਸੰਗਤਾਂ ਦੀ ਪਤਕਣਾ ਵੇਖ ਕੇ ਵੇਖ ਕੇ ਨਕਲੀ ਗੁਰੂਆਂ ਦੇ ਪਖੰਡ ਨੂੰ ਵੇਖ ਕੇ ਸੋਚਾਂ ਵਿੱਚ ਪੈ ਗਏ ਮੱਖਣਸ਼ਾ ਲੁਬਾਣਾ ਨੇ ਉਥੋਂ ਦੋ ਲੋਕਾਂ ਕੋਲੋਂ ਪੁੱਛ ਕੋਲੋਂ ਪੁੱਛ ਕਰਤਾਲ ਕੀਤੀ ਤਾਂ ਉਹਨਾਂ ਦੱਸਿਆ ਕਿ ਇੱਥੇ ਸ੍ਰੀ ਗੁਰੂਵਰ ਗੋਬਿੰਦ ਸਾਹਿਬ ਜੀ ਦੇ ਪੁੱਤਰ ਸ੍ਰੀ ਗੁਰੂ ਤੇਗ ਬਹਾਦਰ ਦੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਕਿਰਤ ਕਰੋ ਨਾਮ ਜਪੋ ਅਤੇ ਵੰਡ ਛੋਦਾ ਪ੍ਰਚਾਰ ਕਰਦੇ ਹਨ ਅਤੇ ਪੂਰੇ ਵਿੱਚ ਭਗਤੀ ਵੀ ਕਰਦੇ ਹਨ ਪਾਈ ਮੱਖਣ ਸ਼ਾਲੂ ਬਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਗੇ ਦੀ ਕਹਾਣੀ ਜਾਂ ਅੱਗੇ ਦੀ ਸਾਖੀ ਤੁਹਾਨੂੰ ਬਾਤ ਦੋ ਵਿੱਚ ਮਿਲੇਗੀ ਪੁਲਣਾ ਚੁੱਕਾ ਲੇਖੀਮਾ ਤੇ ਅਗਲਾ ਪਾਠ ਵੀ ਜਲਦੀ ਹੀ ਆਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਜ਼ਰੂਰ ਕਰਿਓ ਤੇ ਚੈਨਲ ਗੁਰਸਿੱਖੀ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ